ਦੇ ਨਾਲ ਜਿਹੜਾ ਵੱਧ ਗਿਆ ਅਤੇ ਦਾਣਾ ਸੁੰਗੜ ਗਿਆ ਕਣਕ ਦਾ, ਉਸ ਤੋਂ ਬਚਣ ਵਾਸਤੇ ਕੁਛ ਹੱਦ ਤੱਕ ਬਹੁਤ ਕਾਫੀ ਹੱਦ ਤੱਕ ਸਹਾਈ ਹੈ 13045। ਇਹਦੀਆਂ ਦੋ ਸਪਰੇਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਰ ਇੱਕ ਦਿਨ ਦਾ ਸਮਾਂ ਲੰਘ ਚੁੱਕਿਆ, ਦੂਜੀ ਆਪਾਂ ਸਪਰੇਆਂ ਹੁਣ ਇਸ ਟਾਈਮ ਕਰ ਸਕਦੇ ਹਾਂ। ਇਹਦਾ ਜਿਹੜਾ ਸਮਾਂ ਹੁੰਦਾ ਹੈ ਵੀ ਜਿਹੜੀਆਂ ਤਾਂ ਪਿਛੇਤੀਆਂ ਕਣਕਾਂ ਉਹਨਾਂ 'ਚ ਹਲੇ ਪਹਿਲੀ ਸਪਰੇਅ ਵੀ ਹੋ ਸਕਦੀ ਹੈ, ਜਦੋਂ ਵੱਲੀ ਗੋਭ 'ਚੋਂ ਨਿਕਲਦੀ ਹੈ ਹਲੇ ਗੋਭ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਜਾਂਦਾ, ਇੱਕ ਤਾਂ ਉਸ ਟਾਈਮ ਕੀਤੀ ਜਾ ਸਕਦੀ ਹੈ 13045 ਦੀ ਸਪਰੇਅ, ਦੂਜੀ ਜਦੋਂ ਕਣਕ ਵੱਲੀ ਨਿਕਲ ਕੇ ਬੂਰ ਪੈ ਕੇ ਹਟ ਗਿਆ। ਇਹਨਾਂ ਨੇ ਬੜੀ ਵਿਸਤਾਰ ਦੇ ਵਿੱਚ ਤੁਹਾਨੂੰ ਨਰਮੇ ਦੀ ਫਸਲ ਦੇ ਬਾਰੇ ਜਾਣਕਾਰੀ ਦਿੱਤੀ। ਐਕਚੁਲੀ ਡਾਕਟਰ ਹਰਜੀਤ ਬਰਾੜ ਦਾ ਵਿਸ਼ਾ ਅਤੇ ਮੇਰਾ ਵਿਸ਼ਾ ਨਰਮੇ ਦੇ ਵਿੱਚ ਇੱਕ ਹੀ ਹੈ। ਨੇ ਕੁਛ ਫੰਗਸ ਹੈਗੀਆਂ ਨੇ ਮਿੱਟੀ ਦੇ ਵਿੱਚ, ਕਿਹਨਾਂ ਦਾ ਕੀ ਰੋਲ ਹੈਗਾ, ਉਹਨਾਂ ਨੂੰ ਸੋਲੁਬਲਾਈਜ਼ ਫਾਰਮ ਦੇ ਵਿੱਚ ਲਿਆ ਕੇ ਬੂਟੇ ਨੂੰ ਅਵੇਲੇਬਲ ਕਰਵਾਉਂਦੀਆਂ ਹੈਗੀਆਂ ਨੇ। ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਹੁੰਦੀ ਹੈ, ਬੇਸਿਕ ਰਿਕੁਆਇਰਮੈਂਟ ਹੁੰਦੀ ਹੈ ਔਰਗੈਨਿਕ ਮੈਟਰ, ਤੁਹਾਡੇ ਔਰਗੈਨਿਕ ਮੈਟਰ ਕਿੰਨਾ ਹੈਗਾ ਸੋਇਲ ਦੇ ਵਿੱਚ, ਉਹਨਾਂ 'ਤੇ ਕਿਹੜਾ ਹੈਗਾ, ਉਹਨਾਂ ਸਾਰਿਆਂ ਨੇ ਬੈਕਟੀਰੀਆ ਨੇ ਫੰਗਸ ਨੇ ਸਰਵਾਈਵ ਕਰਨਾ ਹੈਗਾ ਆ। ਜੇ ਉੱਥੇ ਸਫੀਸ਼ੀਐਂਟ ਮੈਟਰ ਔਰਗੈਨਿਕ ਮੈਟਰ ਹੈਗਾ ਆ, ਤਾਂ ਅਸੀਂ ਕਿਹੜਾ ਅੱਧਾ ਕਿਲੋ ਦਾ ਡਾਕਟਰ ਸਾਹਿਬ ਨੇ ਕਿਹਾ ਰਿਕਮੈਂਡ ਕਰਦੇ ਪਏ ਹੈਗੇ ਹਾਂ, ਅਤੇ ਉਹ ਉੱਥੇ ਸਫੀਸ਼ੀਐਂਟ ਹੈਗਾ ਆ ਉੱਥੇ, ਕਿਉਂਕਿ ਉੱਥੇ ਉਹਨੇ ਜਾ ਕੇ ਆਪਣੇ ਆਪ ਮਲਟੀਪਲਾਈ ਹੋਣਾ ਹੈ, ਉਹਨੇ ਉੱਥੇ ਜਾ ਕੇ ਖਤਮ ਨਹੀਂ ਹੋਣਾ। ਜੇ ਸਫੀਸ਼ੀਐਂਟ ਔਰਗੈਨਿਕ ਮੈਟਰ ਹੈਗਾ ਤਾਂ ਉੱਥੇ ਜਾ ਕੇ ਉਹ ਆਪਣੇ ਆਪ ਮਲਟੀਪਲਾਈ ਹੋਏਗਾ। ਮੈਂ ਕਹਿਣਾ ਚਾਹੂੰਗਾ, ਹਮ ਸਭ ਜਾਣਤੇ ਵੀ ਹੈ, ਖੇਤੀ ਪਾਤੀ ਬੇਨਤੀ ਔਰ ਘੋੜੇ ਕੀ ਤੰਗ, ਆਪਣੇ ਹੱਥ ਸਵਾਰੀਏ ਚਾਹੇ ਲਾਖ ਰਹੇ ਕੋਈ ਸੰਗ, ਚਾਹੇ ਖੇਤੀ ਕਾ ਕਾਮ ਹੈ, ਚਾਹੇ ਲਿਖਣੇ ਪੜ੍ਹਨੇ ਕਾ ਕਾਮ ਹੈ, ਚਾਹੇ ਕਿਸੀ ਕੋ ਰਿਕੁਐਸਟ ਕਰਨੇ ਕਾ ਕਾਮ ਹੈ, ਜਾਂ ਘੁੜਸਵਾਰ ਜਬ ਘੋੜੇ ਪਰ ਬੈਠਤਾ ਹੈ ਤੋ ਤੰਗ ਕੋ ਆਪਣੇ ਹੱਥ ਸੇ ਸੰਭਾਲਤਾ ਹੈ, ਚਾਹੇ ਕੋਈ ਕਿਤਨਾ ਹੀ ਸਾਥ ਮੇ ਰਹੇ, ਖੁਦ ਕੋ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਤੋ ਇਸੀ ਜਾਗਰੂਕਤਾ ਕੀ ਕੜੀ ਮੈਂ ਆਜ ਇਹ ਕਿਸਾਨ ਮੇਲਾ ਹਮਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਅਬੋਹਰ ਕੇ ਕ੍ਰਿਸ਼ੀ ਅਨੁਸੰਧਾਨ ਕੇਂਦਰ ਕੇ ਸਹਿਯੋਗ ਸੇ ਰੱਖਾ। ਏਕਤਾ ਮੰਚ ਕਾ ਜੈਸੇ ਕਿ ਡਾਕਟਰ ਮਨਪ੍ਰੀਤ ਜੀ ਨੇ ਕਿਹਾ, ਮੈਂ ਥੋੜ੍ਹਾ ਪਰਿਚੈ ਦੂੰ। ਏਕਤਾ ਮੰਚ ਕਾ ਗਠਨ ਹਮਨੇ ਲਗਭਗ 2 ਸਾਲ ਪਹਿਲੇ ਕੀਆ, ਹਮਾਰੇ ਸੰਰਕਸ਼ਕ ਆਦਰਣੀਯ ਮਾਣਕ ਚੰਦ ਜੀ ਬੋਰਡ ਸਟੇਜ ਪੇ ਬੈਠੇ ਹੈ, ਹਮਾਰੇ ਸੰਰਕਸ਼ਕ ਸ਼੍ਰੀ ਲਾਲਪਤ ਰਾਏ ਜੀ ਬੋਰਡ, ਹਮਾਰੇ ਕਨਵੀਨਰ ਹੈ ਯਹਾਂ ਕੇ ਅਸ਼ਵਨੀ ਜੀ ਮਹਾਰ, ਪ੍ਰੈਜੀਡੈਂਟ ਮਾਸਟਰ ਬ੍ਰਿਜਲਾਲ ਜੀ, ਜਨਰਲ ਸੈਕਟਰੀ ਪ੍ਰਿਤਪਾਲ ਜੀ ਤੋਮਰ, ਟ੍ਰੇਜਰਰ ਇੰਦਰਾਜ ਜੀ ਗੇਦਰ, ਔਰ ਸਾਹਮਣੇ ਜੋ ਸ਼ੰਕਰ ਜੀ ਜਾਲਬ ਬੈਠੇ ਹੈ, ਦੋ ਸ਼ੰਕਰ ਜੀ ਜਾਲਬ ਹੈ, ਦੋਨੋਂ ਕੇ ਨਾਮ ਏਕ ਹੈ, ਦੋਨੋਂ ਹੀ ਬੜੇ ਜਾਗਰੂਕ ਹੈ, ਹਮਾਰੇ ਸਾਥ ਹੈ। ਅਭੀ ਪਿਛਲੇ ਦਿਨੋਂ ਏਕਤਾ ਮੰਚ ਨੇ ਕਲਰ ਕਿਹੜਾ ਕਿ ਕਲਿਆਣ ਭੂਮੀ ਕਾ ਕਾਮ ਆਪਣੇ ਹੱਥ ਮੇਂ ਲਿਆ, ਹਮਨੇ ਅਪੀਲ ਕੀ, ਲੋਗੋਂ ਨੇ ਜਨ ਸਹਿਯੋਗ ਕੀਆ। ਉਸ ਕਲਿਆਣ ਭੂਮੀ ਮੇਂ ਏਕ ਜਨੇ ਕੇ ਬੈਠਨੇ ਕੀ ਵੀ ਵਿਵਸਥਾ ਨਹੀਂ ਥੀ, ਆਜ 250 ਜਨੋਂ ਕੇ ਬੈਠਨੇ ਕੀ ਵਿਵਸਥਾ ਹੋ ਗਈ, ਔਰ ਵੀ ਹਮਨੇ ਅਨੇਕ ਕਾਮ ਕੀਏ ਹੈ। ਇਸੀ ਤਰ੍ਹਾਂ ਹਮਾਰੇ ਏਕਤਾ ਮੰਚ ਕੇ ਕਾਰਿਕ੍ਰਮ ਸੰਯੋਜਕ ਹੈ ਅੰਕਿਤ ਜੀ ਜੈਨ, ਯਹਾਂ ਸਟੇਜ ਪੇ ਬੈਠੇ ਹੈ, ਜਿਨਕੇ ਇਸ ਇੰਸਟੀਟਿਊਟ ਮੇਂ ਯਹ ਕਾਰਿਕ੍ਰਮ ਹੋ ਰਹਾ ਹੈ, ਹਮ ਸਭ ਲੋਕ ਮਿਲ ਜੁਲ ਕੇ ਕਾਮ ਕਰਤੇ ਹੈ, ਟਾਈਮ ਟਾਈਮ ਪੇ ਹਮ ਲੋਕ ਕਿਸਾਨ ਗੋਸ਼ਟੀਆਂ ਵੀ ਰੱਖਤੇ ਹੈ, ਮੈਡੀਕਲ ਚੈੱਕਅਪ ਕੈਂਪ ਔਰ ਇਸ ਤਰ੍ਹਾਂ ਕੇ ਆਯੋਜਨ ਹਮ ਲੋਕ ਕਰਤੇ ਹੈ, ਤੋ ਸਭੀ ਕੇ ਸਹਿਯੋਗ ਸੇ ਹੀ ਯਹ ਸਾਰੇ ਕਾਮ ਹੋ ਪਾਤੇ ਹੈ। ਏਕਤਾ ਮੰਚ ਨੇ ਪਿਛਲੇ ਦਿਨੋਂ ਦੀਵਾਲੀ ਪੇ ਵੀ ਕਲਰ ਕਿਹੜਾ ਕੇ ਅੰਦਰ ਸਫਾਈ ਪ੍ਰਤੀਯੋਗਤਾ ਰੱਖੀ, ਔਰ ਉਸੀ ਕਾ ਨਤੀਜਾ ਥਾ, ਲੋਗੋਂ ਨੇ ਬੜ ਚੜ੍ਹ ਕਰ ਭਾਗ ਲਿਆ, ਲੋਗੋਂ ਮੇਂ ਸਵੱਛਤਾ ਕੇ ਪ੍ਰਤੀ ਜਾਗਰੂਕਤਾ ਆਈ। ਅਭੀ ਕੋਰੋਨਾ ਵਾਇਰਸ ਕੀ ਬਾਤ ਹੋ ਰਹੀ ਥੀ, ਤੋ ਹਮਾਰੇ ਵਿੱਚ ਡਾਕਟਰ ਸੁਨੇਨਾ ਜੀ ਔਰ ਬੈਠੇ ਹੈ ਸਾਇੰਟਿਸਟ, ਹਮਾਰੇ ਨਵਜੋਤ ਮੈਡਮ ਹੈ ਯਹਾਂ ਕੀ ਏਕਤਾ ਮੰਚ ਸੇ ਜੁੜੀ ਹੋਈ ਹੈ, ਤੋ ਹਮ ਲੋਕ ਕਾਰਿਕ੍ਰਮ ਕੇ ਬਾਅਦ ਮੇਂ, ਕਿਉਂਕਿ ਮਹਿਲਾ ਦਿਵਸ ਵੀ ਹੈ ਪਰਸੋਂ 8 ਮਾਰਚ ਕੋ, ਤੋ ਇੱਕ ਛੋਟਾ ਸਾ ਸਿਰਫ ਜੋ ਫੀਮੇਲ ਮੈਂਬਰ ਯਹਾਂ ਪੇ ਮੌਜੂਦ ਹੈ ਉਨਕੀ ਇੱਕ ਛੋਟੀ ਸੀ ਐਕਟੀਵਿਟੀ ਮੈਂ ਮੈਡਮ ਸੇ, ਆਪ ਲੋਕ ਬੈਠੇ ਹੈ ਤਿੰਨੋਂ, ਤੋ ਇਨਸੇ ਮੇਰੀ ਰਿਕੁਐਸਟ ਰਹੇਗੀ, ਕਿਉਂਕਿ ਏਕਤਾ ਮੰਚ ਕੀ ਕੋਸ਼ਿਸ਼ ਰਹਿਤੀ ਹੈ, ਕੁਆਂਟਿਟੀ ਨਹੀਂ ਕੁਆਲਿਟੀ ਪੇ ਹਮ ਲੋਕ ਵਿਸ਼ਵਾਸ ਕਰਤੇ ਹੈ, ਇੱਕ ਸਮਾਜ ਕੋ ਮੈਸੇਜ ਦੇਣੇ ਕੀ ਕੋਸ਼ਿਸ਼ ਕਰਤੇ ਹੈ ਹਮ ਲੋਕ। ਮੇਰੇ ਸਾਥੀ ਹੈ ਜਰਨਲਿਸਟ ਪ੍ਰਿਤਪਾਲ ਤੋਮਰ, ਮੈਂ ਕਿਸਾਨ ਵੀ ਹੂੰ, ਕਲਰ ਖੇੜਾ ਮੈਂ ਜ਼ਮੀਨ ਹੈ ਹਮਾਰੀ, ਜਰਨਲਿਸਟ ਵੀ ਹੂੰ ਮੈਂ, ਤੋ ਹਮ ਸਭ ਲੋਕ ਮਿਲਜੁਲ ਕਰ ਕੋਸ਼ਿਸ਼ ਕਰਤੇ ਹੈ ਵੀ ਸਮਾਜ ਮੇਂ ਅੱਛੇ ਸੰਦੇਸ਼ ਦੀਏ ਜਾਏ, ਔਰ ਉਸੀ ਕਾ ਨਤੀਜਾ ਹੈ ਏਕਤਾ ਮੰਚ ਕੋ ਸਟੇਟ ਲੈਵਲ ਪੇ ਵੀ ਕਈ ਅਵਾਰਡ ਮਿਲੇ ਹੈ। ਪਿਛਲੇ ਦਿਨੋਂ ਚੌਧਰੀ ਸੁਨੀਲ ਕੁਮਾਰ ਜੀ ਜਾਖੜ ਆਏ ਹੋਏ ਥੇ ਗੰਗਾਨਗਰ, ਤੋ ਉਨਸੇ ਵੀ ਮੈਨੇ ਜ਼ਿਕਰ ਕੀਆ, ਉਹਨੇ ਵੀ ਸਾਬਾਸ਼ੀ ਦੀ ਹਮੇ, ਅਜੇ ਵੀਰ ਜੀ ਜਾਖੜ ਵੀ ਹਮਾਰੇ ਏਕਤਾ ਮੰਚ ਸੇ ਜੁੜੇ ਹੋਏ ਹੈ, ਤੋ ਸਭੀ ਕੀ ਕੋਸ਼ਿਸ਼ ਕੀ ਬਦੌਲਤ ਹੀ ਅੱਜ ਏਕਤਾ ਮੰਚ ਕੀ ਪਹਿਚਾਨ ਬਣ ਪਾਈ ਹੈ। ਕਲਰ ਖੇੜਾ ਹਾਲਾਂਕਿ ਗਾਮ ਛੋਟਾ ਸਾ ਹੈ, ਲੇਕਿਨ ਅਨੇਕ ਹਮਨੇ ਐਸੇ ਕਾਮ ਕੀਏ ਹੈ ਜਿਸਸੇ ਕਲਰ ਖੇੜਾ ਕੀ ਵੀ ਪਹਿਚਾਨ ਬੜੀ ਹੈ, ਏਕਤਾ ਮੰਚ ਕਾ ਵੀ ਨਾਮ ਬੜਾ ਹੈ। ਅੰਕਿਤ ਜੀ ਜੈਨ ਕੋ ਮੈਂ ਵਿਸ਼ੇਸ਼ ਰੂਪ ਸੇ ਧੰਨਵਾਦ ਦੇਣਾ ਚਾਹੂੰਗਾ, ਔਰ ਮੈਂ ਧੰਨਵਾਦ ਦੇਣਾ ਚਾਹੂੰਗਾ ਅੱਜ ਡਾਕਟਰ ਮਨਪ੍ਰੀਤ ਸਿੰਘ ਜੀ ਕਾ, ਡਾਕਟਰ ਅਜੇ ਚੌਧਰੀ ਜੀ ਵੀ ਪਿਛਲੇ ਦਿਨੋਂ ਆਏ ਥੇ ਹਮ ਲੋਕ ਜਬ ਇਸ ਕਿਸਾਨ ਮੇਲੇ ਕੀ ਬਾਤ ਕਰ ਰਹੇ ਥੇ। ਅਭੀ ਗੰਗਾਨਗਰ ਕੇ
जिला अध्यक्ष हैं सब्जी उत्पादक संघ के किसानों के, अमर सिंह जी बिश्नोई बहुत सारे चले गए, तो उन लोगों को भी हम गंगानगर में मैं रहता हूँ तो वहाँ भी एकता मंच की एक्टिविटी चलती है, तो उन सबको मैं धन्यवाद देना चाहूँगा। और कार्यक्रम क्योंकि बिल्कुल अंतिम चरण में है, मेरा निवेदन रहेगा डॉक्टर विशाल सिंह जी का भी हमें बड़ा सहयोग मिलता है, ऑफिस शर्मा साहब यहाँ बैठे हैं गंगानगर के, रिटायर्ड एग्रीकल्चर रिसर्च ऑफिसर है, सीड सर्टिफिकेशन एजेंसी के आप इंचार्ज रहे हैं गंगानगर में, आपसे हम ऑर्गेनिक फार्मिंग के बारे में सुनेंगे क्योंकि टाइम लिमिटेड है, और आखिर में हम सब साइंटिस्ट जो यहाँ पधारे हैं उन सबका एकता मंच की तरफ से सम्मान भी हम लोग करना चाहेंगे। तो पुनः सभी का बहुत बहुत धन्यवाद, विशेष रूप से किसान भाइयों का। और एक पीछे एक बैनर लगा रखा है हमने किन्नू क्लब का, राजस्थान और पंजाब का एक किन्नू क्लब भी हम लोग बना चुके हैं, राजस्थान एग्रीकल्चर यूनिवर्सिटी बीकानेर के वाइस चांसलर साहब ने उसका लोगो रिलीज किया था पिछले दिनों, ताकि किन्नू करे कमाल एक लोगो भी हमने जारी किया था। प्रीतपाल जी तंवर यहाँ बैठे हैं, तो किन्नू क्लब से भी अगर कोई जुड़ना चाहे तो मुझसे या प्रीतपाल जी से संपर्क कर सकते हैं। तो मैं आखिर में सभी का धन्यवाद देना चाहूँगा, विशेष रूप से किसान भाइयों का जो आज यहाँ पधारे, और अब मैं निवेदन करूँगा डॉक्टर विशाल सिंह जी से, आप पशु चिकित्सा के बारे में थोड़ी बहुत हमें जानकारी देंगे। मेरे पास कुछ ज़्यादा पशुपालन विभाग से आपके जो इस संदर्भ में ज़्यादा कुछ कहने के लिए नहीं है, लेकिन जो एक मोटी मोटी सी बात है जो बीच में मैं आपसे थोड़ा तालमेल रखते हुए शेयर करना चाहूँगा वो है सोयल हेल्थ, मिट्टी का स्वास्थ्य गुणवत्ता। जैसे हम लोगों को आप लोग या हम आपको या आप हमें देख रहे हैं, किसी ने अलग अलग तरह के वस्त्र पहने हुए हैं, कोई अलग अलग तरह की शेप में है, रंग में है, ये सभी की सभी मिट्टी की अभिव्यक्तियां हैं, एक्सप्रेशन जो सोयल, आप और हम सब लोग मिट्टी से बने हुए हैं। तो हमारा ये फर्ज बनता है कि जो भी हम उगाएं, जो भी हम खाएं, जो भी हम पहने, उसका सरोकार हमारे मिट्टी के स्वास्थ्य से हो। अगर हमारी मिट्टी स्वस्थ होगी तो जाहिर सी बात है कि हम भी स्वस्थ होंगे। हमारा पहनावा, हमारा आहार, हमारे तो यहाँ पुरानी कहावत भी है, जैसा अन्न वैसा मन। अगर हम अच्छा अन्न उगाएंगे, अच्छी फसलें उगाएंगे, न सिर्फ हम वातावरण के साथ तालमेल रखते हुए एक अच्छा स्वस्थ जीवन जिएंगे, साथ में हमारी जो पारिस्थितिकी है, इकोलॉजी है, उसका हम अच्छे से ध्यान रख पाएंगे, क्योंकि हम सभी एक इकोलॉजिकल जो चेन है, जो पारिस्थितिकी की जो कड़ियाँ हैं, उसका एक हिस्सा मात्र हैं। अभी डॉक्टर साहब ने बताया सब्जियों के बारे में, बहुत से देशों में जहाँ जगहें बड़ी कम हैं या बहुत से जो अच्छे जागरूक लोग हैं अभी अपने यहाँ पे थोड़ी थोड़ी जगहों में ऑर्गेनिक फार्मिंग कर रहे हैं, कुछ गमलों में सब्जियाँ उगा रहे हैं। हम सबके पास, आप किसानों के पास बहुत सारी ज़मीनें हैं और आपको सब्जियाँ जो हैं छोटी छोटी सब्जियाँ जो कि आप उगा सकते हैं, आसानी से उगा सकते हैं, वो भी बाज़ार से खरीदनी पड़ रही हैं। एक विडंबना है आज के समाज की कि आप लोगों के पास या मेट्रो सिटीज़ में रहने वाले लोगों के पास में हो सकता है कि बहुत ज़्यादा धन हो, पैसा हो, लेकिन ये बड़ी सोचने की बात है कि वो खा क्या रहे हैं, उनके पास खाने को क्या है। आप ये मान के चलिए कि जो भी शरीर है, ये जो मांस अस्थि मज्जा जो भी देखते हो आप, बोन्स हैं, मसल्स हैं, इट इज़ ऑल ओवर कलेक्शन ऑफ फूड, ये भोजन का संग्रह मात्र है। आप भोजन का संग्रह हैं, आप जो सब्जी खाएंगे, आप जो पानी पिएंगे, आप जो भी अन्न खाएंगे, वो सब आप हैं। साधारण सी बात है, जब हम जो अच्छी चीज़ें खाएंगे, हमारी मिट्टी अच्छी होगी तो हम भी अच्छे होंगे। समय की थोड़ी कमी है, एक दिन सभी के पास सीमित समय ना सिर्फ कार्यक्रम के लिए, वस्तुतः इस जीवन में सभी बड़े सीमित समय के लिए आए हैं। मैं सिर्फ अपनी बात पूरी करता हूँ इन्हीं शब्दों के साथ कि अच्छी नस्लें पशुओं की रखें, इसके लिए अलग अलग तरह से हम लोग कलरखेड़ा में, डिंगावाली में मेले ऑर्गेनाइज करते हैं, कैंप्स लगाते हैं, अच्छी नस्ल के आप किन्नू के बूटे या नरमे के जो बीज हैं अच्छे इस्तेमाल करें, ताकि जो आपको जो आने वाले टाइम में प्रोडक्शन अच्छा मिले। साथ ही में आप अपनी मिट्टी का ध्यान रखें, अगर आप अपनी मिट्टी का ध्यान रखोगे तो आपकी पीढ़ियों का ध्यान रखा जाएगा। रवि कांत जी पंजाब खेतीबाड़ी यूनिवर्सिटी नाल बड़े टाइम तो जुड़े हुए ने, नौजवान किसान क्लब के मैंबर ने,
सो ये साड़ी यूनिवर्सिटी के एक तरह के अंबैसडर के तौर पर काम करते हैं, जिहड़ा यूनिवर्सिटी का सुनेहा सिफारशा असी नहीं जितों तक पहुँचा सकते यही किसानों किसानों की भाषा के समझाते हैं। सो दूजे नंबर पर मैं गुजारिश करूँगा श्री विनोद कुमार जी को, ये जिहड़े जिन्हां को डॉक्टर साहब कह रहे थे कि असी चार पंप जिहड़े यूनिवर्सिटी के जिहड़े वड्डे वाले इन्हां दी कस्टडी इत्थे दित्ते सीगे तां जो आसे पासे वाले पिंडां दे विच चिट्टी मक्खी दे उत्ते स्प्रे करवाई जा सके। सो ये भी यूनिवर्सिटी के एक तरह के फैसिलिटेटर ने साडे जिहड़े यूनिवर्सिटी दीआं सिफारशां नूं बाकी जिहड़े किसानां तक पहुँचाते हैं। इस तो बाद मैं डॉक्टर विशाल जी को बुलाना चाहवागा मंच तो, उन्होंने डॉक्टर पी के अरोड़ा जी सन्मानित करेंगे एनिमल हसबेंडरी जिहड़े काम कर रहे हैं तो एक मंच नाल बहुत तो चिर तो जुड़े हुए हैं। सो इस तो बाद जिहड़े साडे इत्थों दे रिसोर्स परसन सीगे जिन्होंने अपने इत्थे लैक्चर दे के किसानां नाल अपने विचार सांझे कीते ने, डॉक्टर मनदीप बराड़ जी, डॉक्टर कृष्ण कुमार जी, डॉक्टर संदीप रेजा जी, डॉक्टर सुनैना, बठिंडे स्टेशन तो आए डॉक्टर हरजीत सिंह बराड़, सो ये स्पेशल बठिंडे तो चल के अपने विचार सांझे करन आए तुहाडे नाल दरबार विच। इस तो बाद मैं एज ए गैसट ऑफ ऑनर कह लो या टोकन ऑफ रिकार्ड कह लो एक जी ट्रॉफी जैन ग्रुप ऑफ इंस्टीट्यूशन देना चाहवागा श्री अंकित जैन जी। इन्होंने बड़ा सहयोग किया सानू इतने बरसात के डर करके सानू सीगा कि फंक्शन साडा खराब ना हो, सो इस साल के बड़ा वधिया प्रोग्राम हो गया। सो दूसरी जिहड़ी है ट्रॉफी वो एकता मंच ते मैं उन्होंने सारे एक्टिव मैंबरस नूं बुलाना चाहवागा स्टेज उत्ते ते श्री राजकुमार जैन जी नूं यूनिवर्सिटी वालों एक छोटा जिहा सन्मान चिन्ह है इन्हां दे सहयोग नाल ये जिहड़ा प्रोग्राम है ये सिरे चढ़िया। हुण मैं माइक एकता मंच जी दे अपने श्री राजकुमार जैन जी को देना चाहवागा। एकता मंच की तरफ से हम सम्मानित करना चाहेंगे